ਸਿੰਘ ਦੀ ਭਰੀ ਬੱਸ ਟਰੱਕ ਨਾਲ ਟਕਰਾਈ, ਵੱਡਾ ਨੁਕਸਾਨ ਹੋਣ ਤੋਂ ਟਲਿਆ। ਬਟਾਲਾ ਨੇੜੇ ਪਿੰਡ ਮੱਲੋ ਦੁਆਰਾ ਵਿੱਚ ਬੱਸ ਅਤੇ ਟਰੱਕ ਦੀ ਹੋਈ ਟੱਕਰ। ਐਕਸੀਡੈਂਟ ਦੌਰਾਨ ਬੱਸ ਵਿੱਚ ਸਵਾਰੀਆਂ ਨੂੰ ਮਾਮੂਲੀ ਰਗੜਾਂ ਲੱਗੀਆਂ, ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਨਾ ਹੀ ਕਿਸੇ ਨੂੰ ਗੰਭੀਰ ਸੱਟਾਂ ਲੱਗੀਆਂ। ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ ਸੰਗਤਾਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੀਆਂ ਸਨ, ਜਿਸ ਦੌਰਾਨ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਟਰੱਕ ਡਰਾਈਵਰ ਅਤੇ ਹਾਈਵੇ ਪੈਟਰੋਲਿੰਗ ਕਰਨ ਵਾਲਿਆਂ ਨੇ ਦੱਸਿਆ ਕਿ ਬੱਸ ਵਾਲੇ ਦੀ ਗਲਤੀ ਹੈ, ਬੱਸ ਵਾਲਾ ਰੋਂਗ ਸਾਈਡ ਆ ਰਿਹਾ ਸੀ, ਜਿਸ ਕਰਕੇ ਉਸਦਾ ਸੰਤੁਲਨ ਵਿਗੜ ਗਿਆ ਤੇ ਦੋਨਾਂ ਦੀ ਟੱਕਰ ਹੋ ਗਈ ਤੇ ਬੱਸ ਪਲਟ ਗਈ। ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਜਾਂ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਭਾਜੀ ਕੀ ਨਾਮ ਤੁਹਾਡਾ? ਸੰਜੂ ਜੀ ਮੇਰਾ ਨਾਮ। ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ? ਐਕਸੀਡੈਂਟ ਇਦਾਂ ਆਇਆ ਕਿ ਅਸੀਂ ਆਪਣਾ ਰਾਊਂਡ ਕੱਢ ਕੇ ਆ ਰਹੇ ਸੀਗੇ, ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਦੇ ਟਰੱਕ ਦਾ, ਜਿਹੜੀ ਕਿ ਆਪਣਾ ਬੱਸ ਜਿਹੜੀ ਰੋਂਗ ਸਾਈਡ ਸੀਗੀ ਤੇ ਬੱਸ ਵਾਲੇ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਫਰਾਰ ਹੋ ਗਿਆ। ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ? ਇੱਕੋ ਸਾਈਡ ਤੋਂ ਦੋਵੇਂ ਆ ਰਹੇ ਸੀ। ਬੱਸ ਜਿਹੜੀ ਹੈਗੀ ਉਹਦੇ ਸੰਗਤ ਸੀਗੀ ਬਿਆਸ ਵਾਲਿਆਂ ਦੀ ਤੇ ਉਹ ਬੱਸ ਵਾਲੇ ਦੀ ਗਲਤੀ ਹੈ, ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਲਟ ਗਿਆ। ਨੁਕਸਾਨ ਬਚਾ ਹੋਇਆ ਜੀ, ਦੋਵਾਂ ਦਾ ਬਚਾ ਹੋਇਆ, ਡਰਾਈਵਰ ਦੇ ਟਿੱਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗੜ ਲੱਗੀ ਹੈ, ਬਾਕੀ ਬੱਸ ਵਾਲਿਆਂ ਦਾ ਬਚਾ ਜੀ। ਪਤਾ ਕੋਈ ਬੱਸ ਕਿੱਥੇ ਜਾ ਰਹੀ ਸੀ? ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਹਿੰਦੇ ਸੀ ਸੰਗਤ ਦੇ ਵਿੱਚ, ਸੰਗਤ ਦਾ ਬਚਾਅ ਵਾ। ਵੀਰ ਜੀ ਕੀ ਨਾਮ ਆਪਣਾ ਜੀ? ਜਗਪ੍ਰੀਤ ਸਿੰਘ ਜੱਗਾ ਜੀ। ਵੀਰ ਜੀ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ? ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਣ ਡੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਹਜੇ ਮੇਰੀ ਆਪਣੀ ਗੱਡੀ ਮੈਂ ਦਸ ਚੱਕੀ ਲਿਆਉਣ ਡਿਆ ਪਿੱਛੇ ਤੇ ਬੱਸ ਇੰਨੀ ਕੁ ਸਪੀਡ ਸੀ ਨਾ, ਓਵਰ ਸਪੀਡ ਹੀ ਆਉਣ ਡੇ ਸੀ, ਸੰਗਤ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇੱਧਰ ਸੈਡ ਤੇ ਪਤਾ ਨਹੀਂ ਕਾਰ ਹੀ ਕਿ ਕੀ ਆਉਣ ਡਿਆ ਸੀ, ਇਹਨੇ ਯਕਦਮ ਟਰਾਲ ਆਪਣੀ ਬੱਸ ਦੀ ਕੱਟ ਮਾਰੀ ਆ ਗੱਡੀ ਗਾੜੀ ਤੇ ਇਹਦੇ ਕੋਲ ਕੰਟਰੋਲ ਨਹੀਂ ਹੋਏਗੀ ਤੇ ਇਹਨੇ ਚਾਰ ਦੀ ਫੁੱਟ ਵਾਸਤੇ ਤੇ ਗਾੜੀ ਨੂੰ 12 ਚੱਕੀ ਉਹਦੇ ਵਿੱਚ, ਪਹਿਲਾਂ ਮੇਰੇ ਵਿੱਚ ਮਾਰ ਲੱਗਾ ਸੀ, ਮੇਰੇ ਵਿੱਚ ਮਾਰਦਾ ਮਾਰਦਾ ਬਾਅਦ 'ਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆਇਆ, ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ, ਬਾਅਦ 'ਚ ਇਹਦੇ ਵਿੱਚ ਮਾਰਤੀ। ਜਾਨੀ ਨੁਕਸਾਨ ਤਾਂ ਨਹੀਂ? ਜਾਨੀ ਨੁਕਸਾਨ ਨਹੀਂ, ਉੱਦਾਂ ਥੋੜ੍ਹੀਆਂ ਰਗੜਾਂ ਰੁਗੜਾਂ ਥੋੜ੍ਹੀਆਂ ਸੱਟਾਂ ਫੇਟਾਂ ਲੱਗੀਆਂ ਤੇ ਮੈਂ ਇਹਦੇ ਸੰਗਤਾਂ ਨੂੰ ਇੱਥੇ ਡਰਾਈਵਰ ਨੂੰ ਪੁੱਛਣ ਡਿਆ ਕਿ ਡਰਾਈਵਰ ਕਿੱਥੇ, ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ। ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਬੀਬੀਆਂ ਨੇ ਦੱਸਿਆ ਡਰਾਈਵਰ ਆਹ ਵਾ ਤੇ ਉਹਦੀ ਫਿਰ ਮੈਂ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ। ਹਾਂਜੀ ਜ਼ਰੂਰ ਦੇਵਾਂਗੇ ਜੀ, ਮੈਂ ਵੀਡੀਓ ਬਣਾਈ ਆ, ਵੇਖੋ ਤੁਹਾਨੂੰ ਦਿਖਾ ਵੀ ਸਕਦੇ। ਚਲੋ ਬਾਕੀ ਦਾ ਮੇਰੇ ਜਿਹੜੇ ਇਹਦੇ ਵਿੱਚ ਆਪਣਾ ਤੁਸੀਂ ਰੇਤਾ ਲੋਡ ਜੀ? ਹਾਂਜੀ ਹਾਂਜੀ, ਲੈ ਕੇ ਜੀ ਅੰਮ੍ਰਿਤਸਰ ਚੱਲੇ ਜੀ। ਹਾਂਜੀ, ਬਾਕੀ ਜਾਨੀ ਨੁਕਸਾਨ? ਨਹੀਂ ਨਹੀਂ, ਜਾਨੀ ਨੁਕਸਾਨ ਨਹੀਂ ਬਚਾਇਆ ਜੀ, ਬੱਸ ਦਾ ਜੀ ਸਾਡਾ ਨੁਕਸਾਨ ਇਹਨੇ ਕਰਤਾ, ਡਰਾਈਵਰ ਤੇ ਭੱਜ ਗਿਆ, ਮੌਕੇ ਤੇ ਭੱਜ ਗਿਆ ਫਿਰ। ਹਾਂਜੀ ਬੱਸ ਦਾ ਡਰਾਈਵਰ ਭੱਜ ਗਿਆ। ਠੀਕ ਹੈ ਜੀ।